ਪੰਜਾਬੀ ਰੇਡੀਓ ਜੋ ਅਸੀਂ ਸੁਣ ਰਹੇ ਤੁਸੀਂ ਦੋਸਤੋ ਸ਼ਾਮਿਲ ਹੋ ਅਪਡੇਟ ਕੈਨੇਡਾ ਦੀ ਸੈਗਮੈਂਟ ਵਿੱਚ। ਗੁਰਪ੍ਰੀਤ ਸਿੰਘ ਤੁਹਾਡੇ ਲਈ ਕੈਨੇਡਾ ਦੀਆਂ ਕੁਝ ਵੱਡੀਆਂ ਖਬਰਾਂ ਲੈ ਕੇ ਹਾਜ਼ਰ ਹੋ ਚੁੱਕਿਆ। ਅੱਜ ਹੈ 12 ਤਾਰੀਖ, ਦਿਨ ਹੈ ਵੀਰਵਾਰ। ਸੋ ਅੱਜ ਦੀ ਇਸ ਸੈਗਮੈਂਟ ਵਿੱਚ ਵੀ ਕੁਝ ਖਾਸ ਖਬਰਾਂ ਲੈ ਕੇ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਪਹਿਲੀ ਖਬਰ ਤਾਂ ਵੱਡੀ ਇਹੀ ਹੈ ਕਿ ਗੈਬਰੀਓਲਾ ਆਈਲੈਂਡ ਜਿੱਥੇ ਕੱਲ ਇੱਕ ਜਹਾਜ਼ ਹਾਦਸਾਗ੍ਰਸਤ ਹੋਇਆ ਉਸਦੀ ਖਬਰ ਦਿੱਤੀ ਗਈ ਸੀ। ਅਜੇ ਤੱਕ ਇਹ ਨਹੀਂ ਪਤਾ ਲੱਗਾ ਕਿ ਕਿੰਨੇ ਲੋਕ ਉਸ ਵਿੱਚ ਮਰੇ ਨੇ ਉਸ ਹਾਦਸੇ ਦੇ ਕਾਰਨ, ਪਰ ਜਿਹੜਾ ਪਾਇਲਟ ਜਿਹੜਾ ਜਹਾਜ਼ ਦਾ ਸੀ ਉਸਦੀ ਸ਼ਨਾਖਤ ਜ਼ਰੂਰ ਹੋ ਚੁੱਕੀ ਹੈ। ਅੱਗੇ ਜਾ ਕੇ ਮੈਂ ਵਿਸਥਾਰਪੂਰਵਕ ਇਸ ਦੇ ਬਾਰੇ ਦੱਸਾਂਗਾ। ਮੌਂਟਰੀਆਲ ਦੇ ਵਿੱਚ ਇੱਕ ਘਰ ਵਿੱਚੋਂ ਇੱਕ ਔਰਤ ਅਤੇ ਉਸਦੇ ਦੋ ਬੱਚਿਆਂ ਨੂੰ ਮ੍ਰਿਤਕ ਪਾਇਆ ਗਿਆ, ਔਰ ਉਸਦੇ ਪਤੀ ਨੂੰ ਵੀ ਪਹਿਲਾਂ ਮ੍ਰਿਤਕ ਪਾਇਆ ਗਿਆ ਇੱਕ ਵੱਖਰੀ ਥਾਂ ਤੋਂ। ਸੋ ਜਾਪਦਾ ਕਿ ਇੱਕ ਹੱਤਿਆ ਅਤੇ ਆਤਮ ਹੱਤਿਆ ਦਾ ਮਾਮਲਾ। ਸੋ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ। ਕੁਬੈਕ ਦੀ ਅਪੀਲ ਕੋਰਟ ਵੱਲੋਂ ਅੱਜ ਬਿੱਲ 21 ਬਾਰੇ ਕੋਈ ਫੈਸਲਾ ਦਿੱਤੇ ਜਾਣ ਦੀ ਸੰਭਾਵਨਾ ਬਣੀ ਹੋਈ ਹੈ। ਇਹ ਬਿੱਲ ਜਿਹੜਾ ਹੈ ਘੱਟ ਗਿਣਤੀਆਂ ਦੇ ਹੱਕਾਂ 'ਤੇ ਛਾਪੇ ਮਾਰਦਾ। ਔਰ ਟਰਾਂਸਪੋਰਟ ਕੈਨੇਡਾ ਵੱਲੋਂ ਇੱਕ ਬੜੇ ਹੀ ਵਿਚਿੱਤਰ ਮਾਮਲੇ ਵਿੱਚ ਜਾਂਚ ਆਰੰਭ ਦਿੱਤੀ ਗਈ ਹੈ। ਨੋ ਫਲਾਈ ਲਿਸਟ ਬਣਾਉਣ ਵਾਲੇ ਕਿਵੇਂ ਨਸਲਵਾਦ ਕਰਦੇ ਨੇ, ਇਹ ਮਾਮਲਾ ਪ੍ਰਕਾਸ਼ ਵਿੱਚ ਆਇਆ। ਇਹ ਕੋਈ ਛੋਟੀ ਮੋਟੀ ਗੱਲ ਨਹੀਂ। ਆਓ ਸਾਰੇ ਮੁੱਦਿਆਂ 'ਤੇ ਵਾਰੋ ਵਾਰ ਇੱਕ ਪੰਛੀ ਝਾਤ ਮਾਰੀਏ। ਪਹਿਲਾਂ ਤਾਂ ਗੱਲ ਕਰੀਏ ਗੈਬਰੀਓਲਾ ਆਈਲੈਂਡ 'ਤੇ ਵਾਪਰੇ ਹਾਦਸੇ ਬਾਰੇ। ਮੰਗਲਵਾਰ ਨੂੰ ਵੈਂਕੂਵਰ ਆਈਲੈਂਡ ਦੇ ਲਾਗੇ ਇੱਕ ਟਾਪੂ ਹੈ ਗੈਬਰੀਓਲਾ ਆਈਲੈਂਡ, ਉੱਥੇ ਇੱਕ ਨਿੱਕਾ ਜਹਾਜ਼ ਹਾਦਸਾਗ੍ਰਸਤ ਹੋਇਆ। ਜਦੋਂ ਜਹਾਜ਼ ਡਿੱਗਿਆ ਜਾ ਕੇ ਤਾਂ ਬਹੁਤ ਜ਼ੋਰ ਦਾ ਧਮਾਕਾ ਹੋਇਆ, ਸਾਰੇ ਪਾਸੇ ਅੱਗ ਫੈਲ ਗਈ, ਚੀਖ ਚਿਹਾੜਾ ਪੈ ਗਿਆ। ਅਜੇ ਤੱਕ ਇਹ ਸਪਸ਼ਟ ਨਹੀਂ ਹੋਇਆ ਕਿ ਕਿੰਨੇ ਲੋਕ ਮਰੇ ਨੇ। ਇਹ ਜ਼ਰੂਰ ਕਿਹਾ ਜਾ ਰਿਹਾ ਪੁਲਿਸ ਵੱਲੋਂ ਵੀ, BC ਕੋਰਨਰ ਮਹਿਕਮੇ ਵੱਲੋਂ ਵੀ, ਕਿ ਅਨੇਕਾਂ ਮੌਤਾਂ ਹੋਈਆਂ ਨੇ। ਹੁਣ ਅਨੇਕ ਕਿੰਨੇ ਨੇ ਇਹ ਨਹੀਂ ਦੱਸਿਆ ਗਿਆ। ਜਹਾਜ਼ ਵਿੱਚ ਕਿੰਨੇ ਕੁ ਲੋਕ ਸਵਾਰ ਸੀ ਇਹ ਵੀ ਨਹੀਂ ਦੱਸਿਆ ਗਿਆ। ਧਰਤੀ 'ਤੇ ਕਿੰਨੇ ਕੁ ਲੋਕ ਮਾਰੇ ਗਏ ਨੇ ਇਹ ਵੀ ਨਹੀਂ ਪਤਾ ਲੱਗ ਰਿਹਾ। ਪਰ ਫਿਲਹਾਲ ਇਹ ਜ਼ਰੂਰ ਪਤਾ ਲੱਗਾ ਕਿ ਜਿਹੜਾ ਪਾਇਲਟ ਸੀ ਜਹਾਜ਼ ਦਾ, ਉਸਦਾ ਨਾਂ ਸੀ ਐਲੈਕਸ ਬੈਲਸਨ। ਉਸਦੀ ਸ਼ਨਾਖਤ ਵੀ ਇੱਦਾਂ ਹੋਈ ਹੈ ਕਿ ਜਿਹੜੇ ਉਸਦੇ ਮਿੱਤਰ ਨੇ ਉਹਨਾਂ ਨੇ CBC ਨੂੰ, ਕੈਨੇਡੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ, ਨੂੰ ਪੁਸ਼ਟੀ ਕੀਤੀ ਕਿ ਮਰਨ ਵਾਲਾ ਕੌਣ ਸੀ ਔਰ ਉਹਨਾਂ ਦਾ ਸਾਥੀ ਸੀ। ਸੋ ਜਹਾਜ਼ ਵਿੱਚ ਸਵਾਰ ਕਿਸੇ ਦੇ ਬਚੇ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ, ਇਹ ਤਾਂ ਗੱਲ ਕਲੀਅਰ ਹੋ ਗਈ। ਅਤੇ ਥੱਲੇ ਕੋਈ ਮਰਿਆ ਨਹੀਂ ਮਰਿਆ ਇਸ ਦੇ ਬਾਰੇ ਸਪਸ਼ਟ ਤੌਰ 'ਤੇ ਕੋਈ ਦੱਸਿਆ ਨਹੀਂ ਜਾ ਰਿਹਾ, ਪਰ ਮਾਮਲੇ ਦੀ ਪੜਤਾਲ ਅਜੇ ਵੀ ਜਾਰੀ ਹੈ। ਮੰਨਿਆ ਇਹ ਜਾ ਰਿਹਾ ਕਿ ਸ਼ਾਇਦ ਇਹ ਹਾਦਸਾ ਧੁੰਦ ਕਾਰਨ ਹੋਇਆ ਸੀ, ਪਰ ਪੂਰੇ ਕੈਨੇਡਾ ਦੇ ਲੋਕਾਂ ਦਾ ਧਿਆਨ ਖਿੱਚਿਆ ਗਿਆ ਇਸ ਘਟਨਾ ਵੱਲ, ਕਿਉਂਕਿ ਇਹ ਕੋਈ ਨਿੱਕੀ ਮੋਟੀ ਘਟਨਾ ਨਹੀਂ ਹੈ। ਸੋ ਵੇਖਦੇ ਹਾਂ ਕਿ ਮ੍ਰਿਤਕਾਂ ਦੀ ਸਹੀ ਗਿਣਤੀ ਕੀ ਨਿਕਲਦੀ ਬਾਅਦ 'ਚ। ਮੌਂਟਰੀਅਲ ਤੋਂ ਇੱਕ ਖਬਰ ਮਿਲ ਰਹੀ ਹੈ ਕਿ ਉੱਥੇ ਇੱਕ ਘਰ ਵਿੱਚੋਂ ਇੱਕ ਔਰਤ ਨੂੰ ਅਤੇ ਉਸਦੇ ਨਾਲ ਦੋ ਬੱਚਿਆਂ ਨੂੰ ਮ੍ਰਿਤਕ ਪਾਇਆ ਗਿਆ। ਹੋਇਆ ਇਸ ਤਰ੍ਹਾਂ ਕਿ ਮੌਂਟਰੀਅਲ ਦੇ ਵਿੱਚ ਇੱਕ ਵਿਅਕਤੀ ਨੂੰ ਮ੍ਰਿਤਕ ਪਾਇਆ ਗਿਆ ਸੀ ਜਿਸਦਾ ਨਾਂ ਸੀ ਨਬੀਲ ਯਾਸਦ। ਸੋ ਉਸ ਨੂੰ ਮ੍ਰਿਤਕ ਪਾਇਆ ਗਿਆ ਜਦੋਂ ਪੁਲਿਸ ਉਸਦੇ ਘਰ ਗਈ ਘਰ ਦੇ ਮੈਂਬਰਾਂ ਨੂੰ ਸੂਚਿਤ ਕਰਨ ਲਈ ਕਿ ਤੁਹਾਡੇ ਘਰ ਦੇ ਜੀ ਦੀ ਮੌਤ ਹੋ ਗਈ ਹੈ। ਤਾਂ ਪੁਲਿਸ ਵਾਲੇ ਇਸ ਗੱਲ ਤੋਂ ਪਰੇਸ਼ਾਨ ਹੋਏ ਕਿ ਘਰ 'ਚੋਂ ਕੋਈ ਜਵਾਬ ਨਹੀਂ ਦੇ ਰਿਹਾ, ਉਹ ਦਸਤਕ ਦਿੰਦੇ ਰਹੇ। ਅਖੀਰ ਉਹਨਾਂ ਨੂੰ ਜਾ ਕੇ ਘਰ ਵਿੱਚੋਂ ਜਦੋਂ ਫੋਲਾਫਾਲੀ ਕੀਤੀ ਜਾਂ ਆਪਣੇ ਵੱਲੋਂ ਲੱਭਣ ਦੀ ਕੋਸ਼ਿਸ਼ ਕੀਤੀ ਤਾਂ ਇੱਕ 42 ਸਾਲਾ ਔਰਤ ਅਤੇ ਦੋ ਬੱਚੇ ਮ੍ਰਿਤਕ ਪਾਏ ਗਏ। ਬੱਚਿਆਂ ਦੀ ਉਮਰ ਸੀ 2 ਅਤੇ 4 ਸਾਲ। ਸੋ ਹੁਣ ਇਹ ਸਿੱਟਾ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਕਿ ਇਹ ਹੱਤਿਆ ਅਤੇ ਆਤਮ ਹੱਤਿਆ ਦਾ ਮਾਮਲਾ ਹੋ ਸਕਦਾ ਹੈ। ਹੋ ਸਕਦਾ ਕਿ ਉਸਦੇ ਪਤੀ ਨੇ ਉਸਨੂੰ ਕਤਲ ਕੀਤਾ ਹੋਵੇ, ਬੱਚਿਆਂ ਨੂੰ ਕਤਲ ਕੀਤਾ ਹੋਵੇ, ਔਰ ਫਿਰ ਉਹ ਬਾਅਦ 'ਚ ਆਤਮ ਹੱਤਿਆ ਕਰ ਲਈ ਹੋਵੇ, ਕਿਉਂਕਿ ਇਹ ਉਹਨਾਂ ਬੱਚਿਆਂ ਦਾ ਪਿਤਾ ਸੀ, ਇਹ ਵੀ ਪੁਸ਼ਟੀ ਹੋ ਚੁੱਕੀ ਹੈ। ਫਿਲਹਾਲ ਰਹੱਸ ਇਹ ਬਣਿਆ ਹੋਇਆ ਕਿ ਹੋਇਆ ਕਿਉਂ ਅਤੇ ਕਿਹਨਾਂ ਕਾਰਨਾਂ ਕਰਕੇ ਹੋਇਆ। ਵੈਸੇ ਇਹ ਦੱਸਿਆ ਜਾ ਰਿਹਾ ਕਿ ਨਾਬਿਲ ਦੇ ਖਿਲਾਫ 2018 ਵਿੱਚ ਆਪਣੀ ਔਰਤ 'ਤੇ ਹਮਲਾ ਕਰਨ ਦੇ ਦੋਸ਼ ਲੱਗੇ ਸਨ। ਉਹਨਾਂ ਮਾਮਲੇ 'ਚੋਂ ਬਰੀ ਹੋ ਗਿਆ ਸੀ ਕੁਛ ਦਿਨ ਪਹਿਲਾਂ। ਸੋ ਕੀ ਗੱਲ ਹੋਈ, ਕੀ ਭਾਣਾ ਵਾਪਰਿਆ, ਇਹ ਅਜੇ ਸਭ ਕੁਝ ਖੁੱਲ੍ਹ ਕੇ ਸਾਹਮਣੇ ਆਉਣ ਦੀ ਲੋੜ ਹੈ। ਪਰ ਫਿਲਹਾਲ ਜੇ ਇਸ ਨੂੰ ਅਸੀਂ ਘਰੇਲੂ ਹਿੰਸਾ ਦਾ ਮਾਮਲਾ ਵੀ ਮੰਨ ਲਈਏ ਜਾਂ ਮਾਨਸਿਕ ਰੋਗ ਦਾ ਮਾਮਲਾ ਵੀ ਮੰਨ ਲਈਏ ਤਾਂ ਬਹੁਤ ਕੁਝ ਕਰਨ ਵਾਲਾ ਸਮਾਜ ਦੇ ਵਿੱਚ ਵੀ ਔਰ ਸਰਕਾਰ ਵੱਲੋਂ ਵੀ, ਕਿ ਮਾਨਸਿਕ ਜਿਹੜੇ ਰੋਗੀ ਨੇ ਉਹਨਾਂ ਦੇ ਇਲਾਜ ਲਈ ਕੀ ਕੀਤਾ ਜਾਵੇ ਕਿ ਇਹੋ ਜਿਹੇ ਕਾਰੇ ਨਾ ਹੋਣ, ਔਰ ਘਰੇਲੂ ਹਿੰਸਾ ਵੀ ਕਈ ਵਾਰ ਇਹਨਾਂ ਮਾਮਲਿਆਂ ਨਾਲ ਜੁੜੀਆਂ ਹੁੰਦੀਆਂ ਨੇ। ਸੋ ਇਸ ਕਰਕੇ ਇਹ ਬਹੁਤ ਕੁਝ ਦੇਖਣ ਵਾਲਾ, ਪਰ ਕਿਸੇ ਨੂੰ ਇਹ ਹੱਕ ਨਹੀਂ ਕਿ ਉਹ ਕਿਸੇ ਦੀ ਜਾਨ ਲਵੇ ਅਤੇ ਆਪਣੀ ਜਾਨ ਲਵੇ। ਜਦੋਂ ਤੁਸੀਂ ਜਾਨ ਦੇਣ ਦਾ, ਕਿਸੇ ਨੂੰ ਜਾਨ ਦੇਣ ਦਾ ਤੁਹਾਡੇ ਕੋਲ ਹੱਕ ਨਹੀਂ ਗਾ, ਅਤੇ ਲੈਣ ਦਾ ਵੀ ਕੋਈ ਹੱਕ ਨਹੀਂ। ਇਹ ਗੱਲ ਲੋਕਾਂ ਨੂੰ ਪੱਲੇ ਬੰਨਣੀ ਚਾਹੀਦੀ। ਜੇ ਤੁਹਾਡੀ ਕਿਸੇ ਔਰਤ ਨਾਲ, ਆਪਣੀ ਔਰਤ ਨਾਲ ਨਹੀਂ ਸੰਬੰਧ ਸੁਖਾਵੇਂ ਚੱਲ ਰਹੇ ਤਾਂ ਤੁਸੀਂ ਔਰਤ ਨੂੰ ਛੱਡ ਦਿਓ, ਬਜਾਏ ਉਹਦੇ ਕਿ ਉਹਦੀ ਵੀ ਜਾਨ ਲਓ, ਆਪਣੀ ਵੀ ਲਓ, ਔਰ ਨਾਲ ਇਹ ਨਿੱਕੇ ਨਿੱਕੇ ਬੱਚੇ ਉਹਨਾਂ ਨੂੰ ਮਾਰ ਮੁਕਾਓ। ਇਹ ਕੋਈ ਵਧੀਆ ਗੱਲ ਨਹੀਂ ਹੋਈ, ਪਰ ਵੇਖਦੇ ਹਾਂ ਇਸ ਦੇ ਵਿੱਚ ਨਿਕਲਦਾ ਕੀ ਹੈ। ਅੱਗੇ ਚੱਲਦੇ ਹਾਂ। ਕੁਬੈਕ ਤੋਂ ਜਿਹੜਾ ਵੱਡਾ ਸਮਾਚਾਰ ਹੈ ਉਹ ਇਹ ਹੈ ਕਿ ਉੱਥੋਂ ਦੀ ਜਿਹੜੀ ਅਪੀਲ ਕੋਰਟ ਹੈ, ਸਭ ਤੋਂ ਉੱਪਰਲੀ ਕੋਰਟ, ਉਹ ਅੱਜ ਸ਼ਾਇਦ ਕੋਈ ਬਿੱਲ 21 ਬਾਰੇ ਆਪਣਾ ਕੋਈ ਅਹਿਮ ਫੈਸਲਾ ਦੇਵੇ। ਬਿੱਲ 21 ਬੜਾ ਵਿਵਾਦਗ੍ਰਸਤ ਬਿੱਲ ਹੈ। ਕੁਬੈਕ ਦੀ ਜਿਹੜੀ ਸਰਕਾਰ ਹੈ, ਧਰਮ ਨਿਰਪੱਖਤਾ ਦੇ ਨਾਂ 'ਤੇ ਇਹ ਬਿੱਲ ਉਹ ਲੈ ਕੇ ਆਈ ਹੈ।
ਜਿਸ ਦੇ ਤਹਿਤ ਸਰਕਾਰੀ ਕੰਮਾਂ ਦੇ ਕਿਸੇ ਨੂੰ ਪੱਗ ਬੰਨਣ ਦੀ, ਹਿਜਾਬ ਲੈਣ ਦੀ, ਯਾਨੀ ਕਿਸੇ ਧਾਰਮਿਕ ਚਿੰਨ੍ਹ ਦੀ ਆਗਿਆ ਨਹੀਂ ਹੋਵੇਗੀ। ਇਸ ਨੂੰ ਲੈ ਕੇ ਸਿੱਖ ਭਾਈਚਾਰਾ ਪ੍ਰਭਾਵਿਤ ਹੋਇਆ, ਮੁਸਲਿਮ ਔਰਤਾਂ ਪ੍ਰਭਾਵਿਤ ਹੋਈਆਂ ਨੇ। ਅੰਮ੍ਰਿਤ ਕੌਰ ਦੀ ਇੱਕ ਨਾਂ ਦੀ ਇੱਕ ਔਰਤ ਜਿਹੜੀ ਸਿਰ 'ਤੇ ਕੇਸ ਕੀ ਬੰਦੀ ਆ, ਉਹ ਉੱਥੋਂ ਨੌਕਰੀ ਛੱਡ ਕੇ BC 'ਚ ਆਉਣ ਲਈ ਮਜਬੂਰ ਹੋਈ, ਇੱਥੇ ਨੌਕਰੀ ਕਰ ਰਹੀ ਹੈ। ਸੋ ਇਹ ਤੁਸੀਂ ਵੇਖ ਲਓ ਹਾਲਾਤ ਇਹ ਬਣੇ ਹੋਏ ਨੇ ਕਿ ਸੈਕੂਲਰਿਜ਼ਮ ਜਾਂ ਧਰਮ ਨਿਰਪੱਖਤਾ ਨੂੰ ਲਾਗੂ ਕਰਨ ਦੇ ਨਾਂ 'ਤੇ, ਜਿਹੜਾ ਕਿ ਬਿਲਕੁਲ ਇੱਕ ਸੈਕੂਲਰਿਜ਼ਮ ਦੇ ਨਾਂ 'ਤੇ ਕੱਟੜਪੁਣਾ ਚੱਲ ਰਿਹਾ, ਉਸ ਦੇ ਕਰਕੇ ਘੱਟ ਗਿਣਤੀਆਂ ਦੇ ਜਿਹੜੇ ਹੱਕ ਨੇ ਉਹ ਖਤਰੇ ਵਿੱਚ ਨੇ, ਜਿਸ ਕਰਕੇ ਉਹਨਾਂ ਨੂੰ ਕੁਬਕ 'ਚੋਂ ਨਿਕਲਣਾ ਪੈ ਰਿਹਾ। ਔਰ ਉਹਨਾਂ ਦੇ ਇਸ ਫੈਸਲੇ ਕਾਰਨ ਉੱਥੇ ਨਸਲਵਾਦ ਵੀ ਵਧਿਆ। ਉਹ ਲੋਕ ਲਾਚੜ ਗਏ ਨੇ ਜਿਹੜੇ ਕਿ ਬਹਾਨਾ ਲੱਭਦੇ ਸੀਗੇ ਸਿੱਖਾਂ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਉਣ ਲਈ, ਮੁਸਲਿਮ ਔਰਤਾਂ ਦੇ ਹਮਲੇ ਤਿੱਖੇ ਹੋਏ ਨੇ। ਸੋ ਚਿੰਤਾ ਵਾਲੀ ਗੱਲ ਹੈ। ਧਰਮ ਨਿਰਪੱਖਤਾ ਦੇ ਜਿਹੜੇ ਮੁਦਈ ਨੇ ਉਹ ਦਰਅਸਲ ਨਸਲਵਾਦੀਆਂ ਦੇ ਹੱਕ 'ਚ ਭੁਗਤੇ ਨੇ, ਜੇ ਆਪਾਂ ਧਿਆਨ ਨਾਲ ਸਮਝੀਏ। ਸੋ ਇਹ ਜਿਹੜਾ ਮਾਮਲਾ ਹੈ ਕਾਫੀ ਗੰਭੀਰ ਹੈ, ਚਿੰਤਾਜਨਕ ਹੈ। ਸੋ ਇਹ ਜਿਹੜਾ ਕੁਛ ਲੋਕਾਂ ਨੇ, ਕੁਛ ਜਥੇਬੰਦੀਆਂ ਨੇ ਜਿਹੜੀਆਂ ਮਨੁੱਖੀਕਾਂ ਦੀ ਗੱਲ ਕਰਦੀਆਂ, ਸ਼ਹਿਰੀ ਆਜ਼ਾਦੀ ਦੀ ਗੱਲ ਕਰਦੀਆਂ, ਰਲ ਕੇ ਉਹਨਾਂ ਨੇ ਜਿਹੜੀ ਅਪੀਲ ਕੋਰਟ 'ਚ ਫਰਿਆਦ ਕੀਤੀ ਹੋਈ ਹੈ। ਸੋ ਅੱਜ ਉਸ ਫਰਿਆਦ ਬਾਰੇ ਕੋਰਟ ਆਪਣਾ ਫੈਸਲਾ ਕੋਈ ਦੇਵੇਗੀ। ਹੁਣ ਹੋ ਸਕਦਾ ਕੋਰਟ ਹੇਠਲੀ ਅਦਾਲਤ ਦੇ ਫੈਸਲੇ ਨੂੰ ਬਹਾਲ ਰੱਖੇ, ਹੋ ਸਕਦਾ ਕੋਰਟ ਇਸ ਨੂੰ ਮੁਅੱਤਲ ਕਰ ਦੇਵੇ, ਹੋ ਸਕਦਾ ਇਸ ਨੂੰ ਉਲਟਾ ਦੇਵੇ, ਇਹ ਤਾਂ ਹੁਣ ਸਮਾਂ ਹੀ ਦੱਸੂਗਾ। ਪਰ ਫਿਲਹਾਲ ਇੱਕ ਵੱਡਾ ਸਵਾਲ ਇਹ ਹੈ ਕਿ ਜੇ ਕੋਰਟ ਨੇ ਕੋਈ ਕਿਸੇ ਕਿਸਮ ਦੀ ਰਾਹਤ ਨਾ ਦਿੱਤੀ ਤਾਂ ਫਿਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕੀ ਪੈਂਤੜਾ ਹੋਵੇਗਾ? ਟਰੂਡੋ ਕਹਿ ਚੁੱਕੇ ਨੇ ਕਿ ਜਦੋਂ ਸਾਰੇ ਹੀਲੇ ਵਸੀਲੇ ਮੁੱਕ ਜਾਣਗੇ ਅਸੀਂ ਦਖਲ ਦੇਵਾਂਗੇ। ਹੁਣ ਸਮਾਂ ਸ਼ਾਇਦ ਆ ਰਿਹਾ ਕਿ ਉਹਨਾਂ ਨੂੰ ਦਖਲ ਦੇਣਾ ਪਵੇ, ਪਰ ਡਿਪੈਂਡ ਕਰਦਾ ਕਿ ਅਪੀਲ ਕੋਰਟ ਕੀ ਫੈਸਲਾ ਦਿੰਦੀ ਹੈ। ਇਸ ਦੇ ਨਾਲ ਹੀ ਜਿਹੜਾ ਸਰੀ ਦੇ ਵਿੱਚ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਦਿਵਸ ਵਾਲੇ ਦਿਨ, ਯਾਨੀ 10 ਦਸੰਬਰ ਨੂੰ ਇੱਕ ਗੋਸ਼ਟੀ ਹੋਈ, ਪ੍ਰੋਗਰਾਮ ਹੋਇਆ ਬਿੱਲ 21 ਦੇ ਬਾਰੇ। ਉਸ ਦੇ ਵਿੱਚ ਅੰਮ੍ਰਿਤ ਕੌਰ ਨੇ ਹਿੱਸਾ ਪਾਇਆ, ਜਿਹੜੀ ਕਿ ਕੁਬੈਕ ਤੋਂ ਇੱਥੇ ਆਈ ਹੈ ਮਜਬੂਰੀ ਕਰਕੇ। ਉੱਥੇ ਉਹ ਪੜ੍ਹਾ ਨਹੀਂ ਸੀ ਸਕਦੀ, ਇੱਥੇ ਹੁਣ ਜਿਹੜਾ ਇੱਕ ਟੀਚਰ ਦੇ ਤੌਰ 'ਤੇ ਨੌਕਰੀ ਕਰ ਰਹੀ ਹੈ। ਸੋ ਉੱਥੇ ਬਕਾਇਦਾ ਇਸ ਮੁੱਦੇ 'ਤੇ ਗੋਸ਼ਟੀ ਹੋਈ, ਇਸ ਦਾ ਆਯੋਜਨ ਕੀਤਾ ਮੁੱਖ ਤੌਰ 'ਤੇ ਐਨੀ ਓਹਾਨਾ ਨੇ, ਜਿਹੜੀ ਕਿ ਇੱਕ ਸਿਰ ਕਢਵੀਂ ਨਸਲਵਾਦ ਵਿਰੋਧੀ ਕਾਰਕੁਨ ਹੈ, ਖੁਦ ਵੀ ਯਹੂਦੀ ਔਰਤ ਹੈ। ਇੱਥੋਂ ਤੱਕ ਕਿ ਜਿਹੜੇ ਸਿੱਖ ਭਾਈਚਾਰੇ ਦੇ ਸਰੋਕਾਰ ਨੇ ਉਹਨਾਂ ਨੂੰ ਵੀ ਸਮਝਦੀ ਹੈ। 1984 ਦੇ ਸਿੱਖ ਵਿਰੋਧੀ ਕਤਲੇਆਮ ਦੇ ਬਾਰੇ ਵੀ ਉਸਨੇ ਕਈ ਤਰ੍ਹਾਂ ਦੇ ਪ੍ਰੋਗਰਾਮ ਕਰਵਾਏ ਨੇ। ਸੋ ਅੰਬੇਦਕਰਵਾਦ ਨੂੰ ਵੀ ਸਮਝਦੀ ਹੈ, ਔਰ ਖੁਦ ਯਹੂਦੀ ਹੋਣ ਕਰਕੇ ਯਹੂਦੀਆਂ ਦੀ ਜਿਹੜੀ ਪੀੜ ਹੈ ਨਸਲਵਾਦ ਦੇ ਇਤਿਹਾਸ ਨੂੰ ਜੇ ਆਪਾਂ ਧਿਆਨ ਨਾਲ ਵੇਖੀਏ, ਉਸ ਨੂੰ ਵੀ ਸਮਝਦੀ ਹੈ। ਸੋ ਉਸਨੇ ਆਪਣੇ ਵੱਲੋਂ ਇਹ ਉਪਰਾਲਾ ਕੀਤਾ ਤਾਂ ਜੋ ਇਹ ਜਿਹੜਾ ਮਾਮਲਾ ਹੈ ਇਸ 'ਤੇ ਵਿਚਾਰਾਂ ਹੋਣ ਔਰ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ। ਵੈਸੇ ਸਰੀ ਦੇ ਵਿੱਚ ਹੀ ਬਰਿੰਡਾ ਲੋਕ ਜਿਹੜੀ ਸਿਟੀ ਕੌਂਸਲਰ ਹੈ ਉਸਨੇ ਇੱਕ ਮਤਾ ਲਿਆਉਂਦਾ ਸੀ, ਸਰਸੰਮਤੀ ਨਾਲ ਸਰੀ ਸਿਟੀ ਕੌਂਸਲ ਨੇ ਮਤਾ ਪਾਸ ਕਰਕੇ ਇਸ ਬਿੱਲ ਨੂੰ ਰੱਦ ਕੀਤਾ ਸੀ। ਇਸ ਬਿੱਲ ਦੇ ਵਿਰੋਧ ਵਿੱਚ ਇਹ ਮਤਾ ਲਿਆਂਦਾ ਗਿਆ ਸੀ। ਅਗਲੀ ਖਬਰ ਇਹ ਕਿ ਜਿਹੜਾ ਟਰਾਂਸਪੋਰਟ ਕੈਨੇਡਾ ਵੱਲੋਂ ਇੱਕ ਬੜੇ ਗੰਭੀਰ ਮਾਮਲੇ 'ਤੇ ਪੜਤਾਲ ਆਰੰਭ ਦਿੱਤੀ ਗਈ ਹੈ। ਔਰ ਹੋਇਆ ਇਸ ਤਰ੍ਹਾਂ ਕਿ 10 ਵਰੇ ਪਹਿਲਾਂ ਇਹ ਘਟਨਾ ਵਾਪਰੀ, ਮਤਲਬ ਹੁਣ ਦੀ ਗੱਲ ਨਹੀਂ, ਕੱਲ੍ਹ ਦੀ ਗੱਲ ਨਹੀਂ, ਪਰਸੋਂ ਦੀ ਗੱਲ ਨਹੀਂ, 10 ਵਰੇ ਪਹਿਲਾਂ। 10 ਵਰੇ ਪਹਿਲਾਂ ਜਿਹੜੇ ਲੋਕ ਨੋ ਫਲਾਈ ਲਿਸਟ ਬਣਾਉਂਦੇ ਨੇ, ਜਿਹੜਾ ਮਹਿਕਮਾ ਨੋ ਫਲਾਈ ਲਿਸਟ ਬਣਾਉਂਦਾ ਆ, ਉਸ ਦੇ ਨਾਲ ਜੁੜੇ ਹੋਏ ਕੁਝ ਲੋਕਾਂ ਵੱਲੋਂ ਇੱਕ ਨਸਲੀ ਗੀਤ ਜਿਹੜਾ ਸੀ ਉਹ ਸਾਂਝਾ ਕੀਤਾ ਗਿਆ ਆਪਸ ਵਿੱਚ ਈਮੇਲਾਂ ਰਾਹੀਂ। ਨੋ ਫਲਾਈ ਲਿਸਟ ਉੱਤੇ ਪਹਿਲਾਂ ਹੀ ਸਵਾਲ ਉੱਠ ਰਹੇ ਨੇ ਕਿ ਨੋ ਫਲਾਈ ਲਿਸਟ ਬਣਾਉਣ ਵਾਲੇ ਹੁੰਦੇ ਕੌਣ ਨੇ, ਕਿ ਇਹ ਲੋਕ ਆਪਣੇ ਤੌਰ 'ਤੇ ਤੈਅ ਕਰ ਲੈਂਦੇ ਨੇ ਕਿ ਕਿਹੜਾ ਜਹਾਜ਼ 'ਤੇ ਚੜੂਗਾ ਕਿਹੜਾ ਨਹੀਂ ਚੜੂਗਾ। ਨੋ ਫਲਾਈ ਲਿਸਟ ਜਦੋਂ ਦੀ ਲਾਗੂ ਹੋਈ ਉਸ ਵਿੱਚ ਜ਼ਿਆਦਤੀਆਂ ਵੀ ਹੋਈਆਂ ਨੇ, ਨਿੱਕੇ ਨਿੱਕੇ ਬੱਚਿਆਂ ਦੇ ਨਾਂ ਵੀ ਚਾੜ ਦਿੱਤੇ ਗਏ ਉਸ ਲਿਸਟ ਦੇ ਉੱਤੇ, ਜਿਹੜੇ ਲੋਕ ਬੇਕਸੂਰ ਨੇ ਉਹਨਾਂ ਦੇ ਵੀ ਨਾਂ ਚਾੜੇ ਗਏ, ਉਹਨਾਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਵੀ ਆਈਆਂ। ਨੋ ਫਲਾਈ ਲਿਸਟ ਜਿਹੜੀ ਹੈ ਉਸ ਦੇ ਵਿੱਚ ਇਹ ਹੁੰਦਾ ਕਿ ਤੁਸੀਂ ਜਹਾਜ਼ 'ਤੇ ਨਹੀਂ ਚੜ ਸਕਦੇ, ਤੁਸੀਂ ਖਤਰਨਾਕ ਵਿਅਕਤੀ ਸਮਝੇ ਜਾ ਰਹੇ ਹੋ, ਤੁਸੀਂ ਕੋਈ ਕਾਰਾ ਕਰ ਸਕਦੇ ਹੋ। ਸੋ ਇੱਕ ਨੋ ਫਲਾਈ ਲਿਸਟ ਦਾ ਜਿਹੜਾ ਦੌਰ ਚੱਲਦਾ ਆ ਰਿਹਾ। 10 ਸਾਲ ਪਹਿਲਾਂ ਇਸ ਲਿਸਟ ਨੂੰ ਤਿਆਰ ਕਰਨ ਵਾਲੇ ਜਿਹੜੇ ਲੋਕ ਸੀ, ਅਮਲਾ ਫੈਲਾ ਸੀ, ਉਸ ਵਿੱਚ ਕੁਝ ਲੋਕ ਇੱਕ ਦੂਜੇ ਨੂੰ ਈਮੇਲ 'ਤੇ ਇੱਕ ਬੜਾ ਕੋਝਾ ਜਿਹਾ ਗੀਤ ਸਾਂਝਾ ਕਰ ਰਹੇ ਸੀ। ਉਸ ਗੀਤ ਦੇ ਵਿੱਚ ਦਸਤਾਰਧਾਰੀ ਮੁਸਾਫਰਾਂ ਨੂੰ ਸਿੱਧੇ ਤੌਰ 'ਤੇ ਨਿਸ਼ਾਨਾ ਬਣਾਇਆ ਗਿਆ ਸੀ, ਉਹਨਾਂ ਦੇ ਖਿਲਾਫ਼ ਹਿੰਸਾ ਜਿਹੜੀ ਹੈ ਉਸਦੀ ਵਕਾਲਤ ਕੀਤੀ ਗਈ ਸੀ। ਸੋ ਇਹ ਬਹੁਤ ਹੀ ਇੱਕ ਘਟੀਆ ਕਿਸਮ ਦਾ ਗਾਣਾ ਸੀ, ਜਿਹੜਾ ਕਿ ਆਪਸ 'ਚ ਈਮੇਲ ਰਾਹੀਂ ਉਹਨਾਂ ਨੇ ਇੱਕ ਦੂਜੇ ਨਾਲ ਸਾਂਝਾ ਕੀਤਾ। ਸੋ ਇਹ ਮਾਮਲਾ ਕਿਸੇ ਵਿਅਕਤੀ ਵੱਲੋਂ ਪ੍ਰਕਾਸ਼ 'ਚ ਲਿਆਇਆ ਗਿਆ। ਉਸਨੇ ਨੋਟ ਕੀਤਾ ਕਿ ਜਿਹੜਾ ਹੈ ਕਿ ਜਿਹੜੇ ਵਿਅਕਤੀ ਵੱਲੋਂ ਕੀਤਾ ਜਾ ਰਿਹਾ ਸੀ ਉਸਨੂੰ ਤਰੱਕੀਆਂ ਵੀ ਮਿਲੀਆਂ ਨੇ। ਸੋ ਇਹ ਹੁਣ ਮਾਮਲਾ ਜਿਹੜਾ ਉਸਨੂੰ ਕਾਫ਼ੀ ਗੰਭੀਰਤਾ ਨਾਲ ਲਿਆ ਜਾ ਰਿਹਾ ਟਰਾਂਸਪੋਰਟ ਕੈਨੇਡਾ ਵੱਲੋਂ। ਪਰ ਇਸ ਮਾਮਲੇ ਨੇ ਇੱਕ ਸਵਾਲ ਇਹ ਪੈਦਾ ਕਰ ਦਿੱਤੇ ਨੇ ਕਿ ਇਸ ਕਿਸਮ ਦੇ ਕਿ ਜਿਹੜੇ ਲੋਕ ਸੁਰੱਖਿਆ ਨੂੰ ਯਕੀਨੀ ਬਣਾਉਣਾ ਜਿਨ੍ਹਾਂ ਦੀ ਜ਼ਿੰਮੇਵਾਰੀ ਹੈ, ਨੋ ਫਲਾਈ ਲਿਸਟ ਜਾਂ ਇਸ ਕਿਸਮ ਦੀ ਗੱਲਬਾਤ ਕਿ ਦਹਿਸ਼ਤਵਾਦ ਵਿਰੋਧੀ ਕਾਰਵਾਈ ਕੋਈ ਨਾ ਹੋਵੇ, ਉਹਨਾਂ ਦੀ ਕੁਝ ਖਾਸ ਭਾਈਚਾਰੇ ਦੇ ਲੋਕਾਂ ਬਾਰੇ ਕਿਹੋ ਜਿਹੀ ਪਹੁੰਚ ਹੈ, ਕਿਹੋ ਜਿਹੀ ਸੋਚ ਹੈ, ਇਸ ਦਾ ਪ੍ਰਗਟਾਵਾ ਹੁੰਦਾ ਇਸ ਗੱਲ ਤੋਂ। ਦਸਤਾਰਧਾਰੀਆਂ ਬਾਰੇ ਇਹ ਗੱਲ ਕਹਿਣੀ, ਦਸਤਾਰਧਾਰੀ ਮੁਸਾਫਰਾਂ ਨੂੰ ਸ਼ੱਕ ਦੀ ਨਿਗਾਹਾਂ ਵੇਖਣਾ, ਫਿਰ ਉਹਨਾਂ ਦੇ ਖਿਲਾਫ਼ ਹਿੰਸਾਤਮਕ ਜਿਹੜੀ ਸੋਚ ਰੱਖਣੀ, ਇਸ ਤੋਂ ਇਹ ਲੱਗਦਾ ਕਿ ਇਹ ਜਿਹੜੀ ਲਿਸਟ ਹੈ ਇਹ ਕੋਈ ਦੁੱਧ ਤੋਤੇ ਲੋਕ ਨਹੀਂ ਬਣਾ ਰਹੇ,
ਅਜਿਹੇ ਲੋਕ ਬਣਾ ਰਹੇ ਨੇ ਜਿਹੜੇ ਖੁਦ ਨਸਲਵਾਦੀ ਨੇ। ਸੋ ਅਸੀਂ ਕਿਵੇਂ ਉਮੀਦ ਕਰ ਸਕਦੇ ਹਾਂ ਕਿ ਇਸ ਤਰ੍ਹਾਂ ਦੀ ਲਿਸਟ ਜਦੋਂ ਬਣੇਗੀ ਉਸ ਵਿੱਚ ਪੱਖਪਾਤ ਨਹੀਂ ਹੋਵੇਗਾ, ਉਸ ਵਿੱਚ ਖਾਸ ਕਿਸਮ ਦੇ ਭਾਈਚਾਰੇ ਦੇ ਲੋਕਾਂ ਨੂੰ ਨਿਸ਼ਾਨਾ ਨਹੀਂ ਬਣਾਇਆ ਜਾਵੇਗਾ? ਇਹ ਕੁਝ ਵੱਡੇ ਸਵਾਲ ਨੇ ਜਿਸ ਦੇ ਉੱਤੇ ਹੁਣ ਸਰਕਾਰ ਨੂੰ ਗੰਭੀਰਤਾ ਨਾਲ ਗੌਰ ਕਰਨਾ ਚਾਹੀਦਾ। ਸੋ ਅਸੀਂ ਜਾਣਦੇ ਕਿ ਜਦੋਂ ਏਅਰ ਇੰਡੀਆ ਕਾਂਡ ਹੋਇਆ ਉਸ ਦੇ ਵਿੱਚ ਜਿਹੜੇ ਸਿੱਖ ਰੜਬੰਦੀਆਂ ਦਾ ਦੇ ਉੱਤੇ ਇਲਜ਼ਾਮ ਲਾਇਆ ਗਿਆ ਕਿ ਇਹਨਾਂ ਦਾ ਉਸ ਦੇ ਵਿੱਚ ਹੱਥ ਸੀ, ਉਸ ਤੋਂ ਪਿੱਛੋਂ ਸਿੱਖ ਭਾਈਚਾਰੇ ਦੀ ਜਿਹੜੀ ਜਿਹੜਾ ਉਹਨਾਂ ਦਾ ਅਕਸ ਹੈ ਇੱਥੋਂ ਦੇ ਮੀਡੀਆ ਵਿੱਚ ਕਿਵੇਂ ਉਸਨੂੰ ਵਿਗਾੜ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ, ਸਾਰਿਆਂ ਨੂੰ ਇੱਕੋ ਰੱਸੇ ਬੰਨਣ ਦੀ ਕੋਸ਼ਿਸ਼ ਕੀਤੀ ਗਈ, ਕਿਵੇਂ ਨਸਲਵਾਦ ਵਧਿਆ। ਸੋ ਇਹ ਸਾਰਾ ਕੁਝ ਵੇਖਦਿਆਂ ਹੋਇਆਂ ਇਸ ਕਿਸਮ ਦੀ ਸੰਭਾਵਨਾ ਤੁਸੀਂ ਇਨਕਾਰੀ ਨਹੀਂ ਹੋ ਸਕਦੇ ਕਿ ਜਦੋਂ ਇਹੋ ਜਿਹੇ ਲੋਕ ਉੱਥੇ ਬੈਠੇ ਹੋਣਗੇ ਲਿਸਟਾਂ ਬਣਾਉਣ ਵਾਲੇ ਤਾਂ ਉਹ ਇਸ ਸੋਚ ਨਾਲ ਪੂਰੀ ਤਰ੍ਹਾਂ ਗ੍ਰਸਤ ਹੋਣਗੇ ਜਿਸ ਦੇ ਤਹਿਤ ਇਸ ਭਾਈਚਾਰੇ ਦੇ ਲੋਕਾਂ ਨੂੰ ਖਾਸ ਨਿਗਾਰਾਂ ਵੇਖਿਆ ਜਾ ਰਿਹਾ, ਜਿਹੜਾ ਆਪਣੇ ਆਪ ਵਿੱਚ ਚਿੰਤਾ ਦਾ ਵਿਸ਼ਾ ਹੈ। ਸਾਰਿਆਂ ਨੂੰ ਤੁਸੀਂ ਇੱਕੋ ਰੱਸੇ ਨਹੀਂ ਬੰਨ ਸਕਦੇ। ਜੇ ਏਅਰ ਇੰਡੀਆ ਕਾਂਡ ਦੇ ਲਈ ਕੁਝ ਇੱਕ ਲੋਕ ਜ਼ਿੰਮੇਵਾਰ ਸੀ ਸਿੱਖ ਭਾਈਚਾਰੇ ਦੇ, ਉਹਦਾ ਮਤਲਬ ਇਹ ਨਹੀਂ ਕਿ ਸਾਰਾ ਭਾਈਚਾਰਾ ਹੀ ਏਅਰ ਇੰਡੀਆ ਕਾਂਡ ਦੇ ਲਈ ਜ਼ਿੰਮੇਵਾਰ ਆ, ਜਾਂ ਸਾਰੇ ਭਾਈਚਾਰੇ ਦੇ ਲੋਕਾਂ ਨੂੰ ਤੁਸੀਂ ਇੱਕੋ ਨਜ਼ਰ ਨਾਲ ਵੇਖੋ। ਇਹ ਗੱਲ ਬੜੀ ਬੇਅਸੂਲੀ ਹੈ, ਇਸ 'ਤੇ ਸਾਨੂੰ ਧਿਆਨ ਦੇਣਾ ਚਾਹੀਦਾ। ਅੱਗੇ ਚੱਲਦੇ ਹਾਂ ਕਿ ਨਸਲਵਾਦ ਨਾਲ ਹੀ ਜੁੜਿਆ ਹੋਇਆ ਮਾਮਲਾ। 2016 ਦੇ ਵਿੱਚ ਕੋਲਟਨ ਬੋਸ਼ੀ ਨਾਂ ਦੇ ਇੱਕ 22 ਸਾਲਾਂ ਦੇ ਮੂਲ ਵਾਸੀ ਨੌਜਵਾਨ ਨੂੰ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ। ਇੱਕ ਗੋਰੇ ਕਿਸਾਨ ਗਰਾਡ ਸਟੈਨਲੀ ਨੇ ਉਸਨੂੰ ਕਤਲ ਕੀਤਾ ਸੀ। ਬਾਅਦ ਵਿੱਚ ਉਸਨੂੰ ਬਰੀ ਕਰ ਦਿੱਤਾ ਗਿਆ। ਪਲੀ ਇਹ ਦਿੱਤੀ ਗਈ ਕਿ ਉਸਨੇ ਆਪਣੇ ਬਚਾਓ ਵਿੱਚ ਗੋਲੀ ਚਲਾਈ ਸੀ, ਔਰ ਸਭ ਨੂੰ ਪਤਾ ਸੀ ਕਿ ਉਸਨੇ ਲੋੜੋਂ ਵੱਧ ਆਪਣੀ ਤਾਕਤ ਇਸਤੇਮਾਲ ਕੀਤੀ ਹੈ। ਇਹ ਮੌਤ ਟਲ ਸਕਦੀ ਸੀ, ਨਸਲਵਾਦ ਹੋਇਆ ਕਿਉਂਕਿ ਉਹ ਮੂਲ ਵਾਸੀ ਸੀ। ਮੂਲ ਵਾਸੀਆਂ ਬਾਰੇ ਇੱਥੋਂ ਦੇ ਢਾਂਚੇ ਦੇ ਕਈ ਲੋਕ ਉਹਨਾਂ ਨੂੰ ਕੁੱਤੇ ਵੇਲੇ ਸਮਝਦੇ ਨੇ। ਸੋ ਇਸ ਕਰਕੇ ਜਦੋਂ ਉਸਨੂੰ ਬਰੀ ਕੀਤਾ ਗਿਆ ਤਾਂ ਮੂਲ ਵਾਸੀਆਂ ਦੇ ਮਨਾਂ ਨੂੰ ਠੇਸ ਪਹੁੰਚੀ। ਉਹਨਾਂ ਵਿੱਚੋਂ ਇੱਕ ਸੀ ਹੈਰੋਲਡ ਜੌਨਸਨ, ਜਿਹੜਾ ਖੁਦ ਕ੍ਰੀ ਭਾਈਚਾਰੇ ਨਾਲ ਸੰਬੰਧਿਤ ਹੈ, ਮੂਲ ਵਾਸੀ ਹੈ ਔਰ ਪੇਸ਼ੇ ਤੋਂ ਵਕੀਲ। ਉਹ ਇੰਨਾ ਕੁ ਨਿਰਾਸ਼ ਹੋਇਆ ਕਿ ਉਸਨੇ ਆਪਣਾ ਪੇਸ਼ਾ ਛੱਡ ਦਿੱਤਾ। ਹੁਣ ਉਸਨੇ ਇੱਕ ਪੁਸਤਕ ਲਿਖੀ ਹੈ, ਪੀਸ ਐਂਡ ਗੁੱਡ ਔਰਡਰ, ਜਿਸ ਦੇ ਵਿੱਚ ਉਸਨੇ ਮੂਲ ਵਾਸੀਆਂ ਦਾ ਜਿਹੜਾ ਇਹ ਕੇਸ ਹੈ ਇਸਨੂੰ ਬੜੇ ਵਧੀਆ ਢੰਗ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਹ ਦੱਸਣਾ ਚਾਹ ਰਿਹਾ ਕਿ ਕਿਵੇਂ ਇੱਥੋਂ ਦਾ ਨਿਆਂਇਕ ਢਾਂਚਾ ਮੂਲ ਵਾਸੀਆਂ ਦੇ ਉਲਟ ਚੱਲ ਰਿਹਾ। ਇਹ ਕੈਨੇਡਾ ਲਈ ਬੜੀ ਸ਼ਰਮ ਦੀ ਗੱਲ ਹੈ ਕਿ ਦੁਨੀਆ ਭਰ ਵਿੱਚ ਤੁਸੀਂ ਇਸ ਗੱਲੋਂ ਜਾਣੇ ਜਾਂਦੇ ਹੋ ਕਿ ਮਨੁੱਖੀ ਹੱਕਾਂ ਦੇ ਝੰਡਾ ਬਰਦਾਰ ਹੋ, ਅਲੰਬਰਦਾਰ ਹੋ, ਪਰ ਤੁਹਾਡੇ ਆਪਣੇ ਮੁਲਕ ਵਿੱਚ ਮੂਲ ਵਾਸੀਆਂ ਨਾਲ ਤੁਹਾਡੇ ਸੰਬੰਧ ਕਿੱਦਾਂ ਦੇ ਨੇ, ਔਰ ਉਹ ਢਾਂਚਾਗਤ ਨਸਲਵਾਦ ਦਾ ਸਾਹਮਣਾ ਲਗਾਤਾਰ ਕਰ ਰਹੇ ਨੇ। ਇਹ ਆਪਣੇ ਆਪ ਵਿੱਚ ਚਿੰਤਾ ਦਾ ਵਿਸ਼ਾ ਜਿਸ ਦੇ ਉੱਤੇ ਜਿਹੜਾ ਹੈ ਗੌਰ ਕੀਤਾ ਜਾਣਾ ਚਾਹੀਦਾ। ਖੈਰ, ਪੁਸਤਕ ਹੁਣ ਜਿਹੜੀ ਹੈ ਉਪਲਬਧ ਹੈ, ਦੇਖਦੇ ਹਾਂ ਕਿ ਲੋਕ ਇਸ ਦੇ ਉੱਤੇ ਕਿਸ ਤਰ੍ਹਾਂ ਦਾ ਪ੍ਰਤੀਕਰਮ ਦਿੰਦੇ ਨੇ, ਪਰ ਇਹ ਆਉਂਦੇ ਦਿਨਾਂ ਵਿੱਚ ਚਰਚਾ ਛੇੜੇਗੀ, ਇਸ ਕਿਸਮ ਦੀ ਉਮੀਦ ਕੀਤੀ ਜਾ ਸਕਦੀ ਹੈ। ਓਨਟੈਰੀਓ ਵਿੱਚ ਟੀਚਰਾਂ ਨੇ ਕਮਰ ਕੱਸੇ ਕਰ ਲਏ ਨੇ, ਸ਼ਾਇਦ ਉੱਥੇ ਕੋਈ ਵੱਡੀ ਹੜਤਾਲ ਹੋਵੇ, ਕੋਈ ਵੱਡਾ ਐਕਸ਼ਨ ਹੋਵੇ। ਓਨਟੈਰੀਓ ਦੀ ਸੱਜੇ ਪੱਖੀ ਸਰਕਾਰ ਲਗਾਤਾਰ ਸਰਕਾਰੀ ਸੇਵਾਵਾਂ ਵਿੱਚ ਕਟੌਤੀਆਂ 'ਤੇ ਕਟੌਤੀਆਂ ਕਰ ਰਹੀ, ਜਿਸ ਦੇ ਚੱਲਦਿਆਂ ਸਕੂਲ ਸੇਵਾਵਾਂ ਪ੍ਰਭਾਵਿਤ ਹੋ ਰਹੀਆਂ ਨੇ। ਅਧਿਆਪਕਾਂ ਦਾ ਕਹਿਣਾ ਕਿ ਕਲਾਸ ਸਾਈਜ਼ ਵੱਧ ਰਹੇ ਨੇ, ਵਿਦਿਆਰਥੀਆਂ ਦੀ ਗਿਣਤੀ ਜਿਹੜੀ ਹੈ ਉਸਨੂੰ ਘਟਾਇਆ ਜਾਵੇ ਤਾਂ ਜੋ ਅਧਿਆਪਕਾਂ ਦੇ ਬੋਝ ਘਟੇ ਔਰ ਬੱਚਿਆਂ ਨੂੰ ਵਧੀਆ ਵਿੱਦਿਆ ਮਿਲ ਸਕੇ। ਇਸ ਦੇ ਨਾਲ ਹੀ ਜਿਹੜਾ ਇਸ ਗੱਲ 'ਤੇ ਜ਼ੋਰ ਦਿੱਤਾ ਜਾ ਰਿਹਾ ਜਿਹੜਾ ਕਿ ਤੁਸੀਂ ਇੰਟਰਨੈਟ 'ਤੇ ਔਨਲਾਈਨ ਪੜ੍ਹਾਈ ਕਰੋ। ਸੋ ਟੀਚਰਾਂ ਦੀ ਨਫਰੀ ਘਟਾਈ ਜਾ ਰਹੀ ਹੈ ਔਰ ਇੱਕ ਬਿੱਲ 124 ਲਾਗੂ ਕੀਤਾ ਜਾ ਰਿਹਾ ਜਿਸ ਦੇ ਤਹਿਤ ਟੀਚਰਾਂ ਦੀ ਜਿਹੜੀ ਜਿਹੜਾ ਮਿਹਨਤ ਆ ਨਾ ਉਸ 'ਤੇ ਕੈਪ ਲਾ ਦਿੱਤਾ ਜਾਊਗਾ। ਇਸ ਨੂੰ ਲੈ ਕੇ ਟੀਚਰਾਂ ਵਿੱਚ ਭਾਰੀ ਰੋਸ ਹੈ। ਸੋ ਆਪਣਾ ਰੋਸ ਪ੍ਰਗਟਾਉਣ ਲਈ ਉਹਨਾਂ ਨੇ ਏਕਾ ਕਰ ਲਿਆ। ਹੁਣ ਦੇਖਦੇ ਹਾਂ ਕਿ ਆਉਂਦੇ ਦਿਨਾਂ ਵਿੱਚ ਜੇ ਹੜਤਾਲ ਆਉਂਦੀ ਤਾਂ ਕਿਸ ਤਰੀਕੇ ਨਾਲ ਉੱਥੇ ਮਾਹੌਲ ਬਣਦਾ, ਪਰ ਫਿਲਹਾਲ ਜਿਹੜੇ ਟੀਚਰ ਨੇ ਉਹਨਾਂ ਨੇ ਕਮਰ ਕੱਸੇ ਕਰ ਲਏ ਨੇ ਅਤੇ ਹੁਣ ਉਡੀਕ ਹੀ ਕੀਤੀ ਜਾ ਰਹੀ ਕਿ ਅਗਲਾ ਐਕਸ਼ਨ ਕੀ ਹੋਵੇਗਾ। ਅਖੀਰ ਵਿੱਚ BC ਦੇ ਵਿੱਚ ਗੈਸ ਲਗਾਤਾਰ ਮਹਿੰਗੀ ਹੁੰਦੀ ਜਾ ਰਹੀ ਹੈ, ਲੋਕ ਪਰੇਸ਼ਾਨ ਨੇ, ਤਰਾ ਤਰਾ ਕਰਦੇ ਨੇ, ਗੁਜ਼ਾਰਾ ਘੱਟ ਹੋ ਰਿਹਾ, ਖਰਚੇ ਵੱਧ ਗਏ ਨੇ। ਸੋ ਹੋਇਆ ਇੱਦਾਂ ਕਿ ਇਸ ਦੇ ਮੱਦੇਨਜ਼ਰ BC ਤੋਂ ਵੱਡੀ ਗਿਣਤੀ 'ਚ ਲੋਕ ਅੱਜ ਵੀ ਸਰਹੱਦ ਪਾਰ ਅਮਰੀਕਾ ਵਾਲੇ ਪਾਸੇ ਜਾ ਕੇ ਆਪਣੀਆਂ ਗੱਡੀਆਂ 'ਚ ਗੈਸ ਭਰਾਉਣ ਲਈ ਮਜਬੂਰ ਨੇ ਔਰ ਇਸ ਰੁਝਾਨ ਦੇ ਵਿੱਚ ਲਗਾਤਾਰ ਵਾਧਾ ਹੀ ਹੋ ਰਿਹਾ, ਇਹ ਘੱਟ ਨਹੀਂ ਰਿਹਾ। ਸੋ ਹਰ 5 ਵਿਅਕਤੀਆਂ ਵਿੱਚੋਂ ਇੱਕ ਜਿਹੜਾ ਹੈ ਉਹ ਲਗਾਤਾਰ ਸਰਹੱਦ ਪਾਰ ਜਾ ਕੇ ਗੈਸ ਭਰਵਾ ਕੇ ਆਉਂਦਾ। ਬਕਾਇਦਾ ਇੱਕ ਸਰਵੇਖਣ ਏਜੰਸੀ ਨੇ ਇਸ ਜਿਹੜਾ ਇਹ ਡਾਟਾ ਇਕੱਠਾ ਕੀਤਾ, ਇਸ ਇਹਨਾਂ ਔਰ ਵੇਰਵੇ ਇਕੱਤਰ ਕਰਕੇ ਇਸ ਗੱਲ ਨੂੰ ਜਗ ਜ਼ਾਹਰ ਕੀਤਾ ਕਿ ਇਹ ਰੁਝਾਨ ਲਗਾਤਾਰ ਜਾਰੀ ਹੈ। ਸੋ BC ਦੇ ਵਿੱਚ ਲੋਕਾਂ ਨੂੰ ਕੋਈ ਰਾਹਤ ਨਹੀਂ ਮਿਲ ਰਹੀ, ਜਿਸ ਕਰਕੇ ਉਹ ਸਰਹੱਦ ਪਾਰ ਜਾ ਕੇ ਆਪਣੀਆਂ ਗੱਡੀਆਂ ਭਰਵਾਉਣ ਲਈ ਮਜਬੂਰ ਨੇ। ਸੋ ਆਹ ਸਨ ਅੱਜ ਦੀਆਂ ਅਪਡੇਟਸ। ਇਸ ਦੇ ਨਾਲ ਹੀ ਗੁਰਪ੍ਰੀਤ ਨੂੰ ਦਿਓ ਇਜਾਜ਼ਤ, ਧੰਨਵਾਦ, ਹੈਵ ਅ ਨਾਈਸ ਡੇ। ਮੇਰੀ ਤੁਹਾਡੀ ਮੁਲਾਕਾਤ ਭਲਕੇ ਦੁਬਾਰਾ ਹੋਵੇਗੀ।